ਬਹੁਜਨ ਸਮਾਜ ਪਾਰਟੀ ਦੀ ਹਾਈਕਮਾਂਡ ਵੱਲੋਂ ਡਾਕਟਰ ਜਸਵੀਰ ਸਿੰਘ ਗੜ੍ਹੀ ਨੂੰ ਪੰਜਾਬ ਬਸਪਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਡਾਕਟਰ ਜਸਵੀਰ ਸਿੰਘ ਗੜ੍ਹੀ, ਜੋ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਗੜ੍ਹੀ ਗਾਨੂਗੋ ਨਾਲ ਸੰਬੰਧ ਰੱਖਦੇ ਹਨ, ਦਾ ਬਲਾਚੌਰ ਪਹੁੰਚਣ 'ਤੇ ਸਮੂਹ ਬਸਪਾ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਜੋਸ਼ੋ ਖਰੋਸ਼ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਬੁੱਧ ਵਿਹਾਰ ਵਿਖੇ ਰੱਖੇ ਗਏ ਵਿਸ਼ੇਸ਼ ਸਮਾਗਮ ਦੌਰਾਨ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਜੀਤ ਵੈੱਬ ਟੀਵੀ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਾਕਟਰ ਜਸਵੀਰ ਸਿੰਘ ਗੜ੍ਹੀ ਨੇ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਦੇਣ ਲਈ ਪਾਰਟੀ ਸੁਪਰੀਮੋ ਮਾਇਆਵਤੀ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰਨਗੇ। ਮੈਂਬਰ ਰਹੇ ਆ, ਇੱਕ ਜ਼ਿੰਮੇਵਾਰੀ ਜਿਹੜੀ ਸਮਾਜ ਪਾਰਟੀ ਪ੍ਰਧਾਨ ਦੇ ਵਜੋਂ ਅਤੇ ਭਰੋਸਾ ਪ੍ਰਗਟ ਕੀਤਾ ਆ ਦਾ ਧੰਨਵਾਦ ਕਰਦਾ ਹੋਇਆ ਵਿਸ਼ਵਾਸ ਦਵਾਉਣਾ ਆ ਕਿ ਜੀ ਦੇ ਭਰੋਸੇ ਨੂੰ ਸਭ ਕਾਂਸ਼ੀ ਰਾਮ ਦੇ ਸੁਪ ਅਸੀਂ ਅੱਡ ਕੇ ਕੰਮ ਕਰਾਂਗੇ ਔਰ 20 ਸੌਬੇ ਆ ਪੰਜਾਬ ਦੀ ਧਰਤੀ ਤੋਂ ਦਿਆਂਗੇ। ਮੁਲਾਜ਼ਮ ਹੁੰਦੇ ਪਹਿਲਾਂ ਬਾਂਸ ਸੇ ਬਾਈ ਇਸ ਸਿਆਸਤ ਵਿੱਚ ਇਹ ਪ੍ਰਵੇਸ਼ ਕੀਤਾ ਸੀ ਕਿ ਰੀਜਨ ਬਣਿਆ ਸਿਆਸਤ ਵਿੱਚ ਜੇ ਆਪਾਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਸੰਕਲਪ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਣਾਓ ਦੁੱਖ ਅੰਦੋ ਨਹੀਂ ਦਾਸ ਜੀ ਦਾ ਸੁਪਨਾ ਸੀ ਐਸਾ ਸਭਨ ਕੋ ਅੰਨ ਵੀ ਰਾਜ ਸੱਤਾ ਦੇ ਖਿਲਾਰੀ ਔਰ ਰਜਵਾੜਾ ਸ਼ਾਹੀ ਚੱਕਦੇਵ ਜੀ ਨੇ ਵੀ ਰਾਜਨੀਤੀ ਜਿਹੜਾ ਨਿਯਾਮ ਸੀ ਸਥਾ ਰਾਜੇ ਸੀ ਮੁਕੱਦਮ ਕੁੱਤੇ ਵੀ ਇਹ ਸੁਪਨਾ ਲਿਆ ਸੀ ਇਹਨੂੰ ਪਾਤਸ਼ਾਹੀ ਜਾਂ ਅਸੀਂ ਰਾਜ ਬਿਨਾਂ ਨਾ ਧਰਮ ਸਾਰੇ ਦੇ ਸਾਰੇ ਸੁਪਨੇ ਬਾਬਾ ਸਾਹਿਬ ਉਹਨਾਂ ਨੇ ਕਿਹਾ ਸੀ ਆਪਣੇ ਝੂਠੀ ਇਸ ਦੇਸ਼ ਦੇ ਹੁਕਮਰਾਨ ਬਾਬਾ ਕਾਂਸ਼ੀ ਰਾਮ ਜੀ ਨੇ ਔਰ ਬਾਬਾ ਸਾਹਿਬ ਅੰਬੇਡਕਰ ਦਾ ਦੌਰਾ ਸੀ ਕਿ ਮੈਂ ਪੂਰੇ ਦੇਸ਼ ਪਛੜੇ ਵਰਗ ਦੇ ਲੋਕਾਂ ਨੂੰ ਘੱਟ ਜਨਰਲ ਵਰਗ ਦੇ ਗਰੀਬਾਂ ਨੂੰ ਜਗਾ ਔਰ ਭਾਰਤ ਦੀ ਰਾਜਸੱਤਾ ਦੇ ਉੱਤੇ ਗਰੀਬਾਂ ਔਰ ਉਹ ਸੁਪਨਿਆਂ ਨੂੰ ਪੂਰਾ 2001 ਤੋਂ ਹੀ ਗੁਰੂਆਂ ਦੀ ਲਹਿਰ ਦੇ ਨਾਲ ਜੁੜਦੇ ਤਹਿਤ ਹੀ ਪਿਛਲੇ 18 ਤੋਂ ਮੈਂ ਲਗਾਤਾਰ ਲੱਗਾ ਰਿਹਾ।